मैं पत्रकार गुरप्रीत सिंह चौहान ते लैके हाजिर हाँ सतलुज यमुना लिंक नहर के मसले पर विचार चर्चा। SYL सतलुज यमुना लिंक नहर का मसला उदों ही उठाया जाता जदों देश अंदर चोणों का समा हुंदा है। केंद्र सरकार कोल चोणां जितण लई SYL खालिस्तान ते कश्मीर दे यही कसे पिटे मसले हुंदे आ ते इन्हां मसलियां ते हर बार डुगडुगी खड़काई जांदी है। हुण वी 2024 दीआं लोक सभा चोणां सिर ते होण करके SYL दी शुरली केंद्र ने छड्डी होई है ते साडे पंजाब दे वख-वख पार्टियां दे आगूआं कांग्रेस अकाली आम आदमी पार्टी दे आगू बजाए के एकता करके केंद्र नूं कोई ढुकवां जवाब देण दी बजाए आपस में ही जामां दा भेड़ करन लगे हुए हन अते एक दूजे नूं थापियां मार रहे हैं। पंजाब दे मुख मंत्री सरदार भगवंत सिंह मान ने अपनियां विरोधी पार्टियां दे आगूआं सुखबीर सिंह बादल प्रधान अकाली दल कांग्रेस दे प्रधान अमरिंदर सिंह विड़िंग प्रताप सिंह बाजवा भाजपा दे सूबा प्रधान सुनील जाखड़ नूं सियासी बहस करन लई 1 नवंबर दा सद्दा दित्ता होया पर सद्दे वाली थां टैगोर थिएटर दे डायरैक्टर ने अजिही बहस लई थिएटर आग्या देण तों साफ इनकार कर दित्ता है। ਉਹਨਾਂ ਨੇ ਦੁੱਧ ਵਰਗਾ ਚਿੱਟਾ ਜਵਾਬ ਦੇ ਦਿੱਤਾ ਕਿ ਇੱਥੇ ਰਾਜਨੀਤਿਕ ਪ੍ਰੋਗਰਾਮ ਨਹੀਂ ਹੋ ਸਕਦਾ। ਹੁਣ ਉੱਧਰ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਥਾਪੀ ਮਾਰ ਦਿੱਤੀ ਕਿ ਬਹਿਸ ਵਾਸਤੇ ਇੱਧਰ ਅਬੋਹਰ ਆ ਜਾਓ। ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਇਸ ਬਹਿਸਬਾਜ਼ੀ ਨਾਲ SYL ਦਾ ਮਸਲਾ ਹੱਲ ਹੋਊ? ਅਸਲ ਵਿੱਚ SYL ਦਾ ਕੇਸ ਹਾਰਨ ਵਿੱਚ ਸਾਰੀਆਂ ਹੀ ਪਾਰਟੀਆਂ ਦੋਸ਼ੀ ਹੈ ਅਤੇ ਹੁਣ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰ ਰਹੀਆਂ। ਪਰ ਪੰਜਾਬ ਦੇ ਲੋਕਾਂ ਨੂੰ ਸਾਰਾ ਹੀ ਪਤਾ ਹੈ ਕੋਈ ਵੀ ਭਰਮ ਭੁਲੇਖਾ ਨਹੀਂ। ਇਹ ਬਹਿਸਬਾਜ਼ੀ ਪਾਣੀ 'ਚ ਮਧਾਣੀ ਹੈ ਜਿਹਨੇ ਵਿੱਚੋਂ ਘਿਓ ਨਹੀਂ ਨਿਕਲਣਾ। ਜੇਕਰ ਤੁਸੀਂ ਪੰਜਾਬ ਦੇ ਪਾਣੀਆਂ ਦੇ ਹੱਕਾਂ ਲਈ ਸਿਰਦ ਹੁੰਦੇ ਤਾਂ ਇਹ ਨੌਬਤ ਆਉਂਦੀ ਹੀ ਨਾ। ਜੇਕਰ ਹੁਣ ਵੀ ਕੁਛ ਹੋ ਸਕਦਾ ਤਾਂ ਇਹ ਆਪਸ ਵਿੱਚ ਬਹਿਸਬਾਜ਼ੀ 'ਚ ਪੈਣ ਦੀ ਬਜਾਏ ਸਿਰ ਜੋੜ ਕੇ ਰਾਜਸੀ ਮਤਭੇਦ ਭੁਲਾ ਕੇ ਸਿੱਧੀ ਕੇਂਦਰ ਨਾਲ ਟੱਕਰ ਲੈਣ ਦਾ ਵੇਲਾ ਹੈ। ਵਕਤ ਖਰਾਬ ਕਰਨ ਦਾ ਕੋਈ ਲਾਭ ਨਹੀਂ ਹੋਣਾ। ਲੋਕ ਪਹਿਲਾਂ ਹੀ ਤੁਹਾਡੇ ਕਾਰਨਾਮਿਆਂ ਤੋਂ ਨਿਰਾਸ਼ ਹਨ। ਲੋਕਾਂ ਦੇ ਮਨਾਂ 'ਚ ਘਟੀਆ ਰਾਜਨੀਤੀ ਪ੍ਰਤੀ ਵੱਡਾ ਰੋਹ ਹੈ। ਪੰਜਾਬ ਪਹਿਲਾਂ ਹੀ ਦੇਸ਼ ਦੀ ਵੰਡ ਸਮੇਂ ਦੀਆਂ ਲੀਡਰਾਂ ਦੀਆਂ ਗਲਤੀਆਂ ਦਾ ਸੰਤਾਪ ਹੰਡਾ ਰਿਹਾ ਅਤੇ ਤੁਸੀਂ ਫਿਰ ਵਾਰ ਵਾਰ ਨਵੀਆਂ ਗਲਤੀਆਂ ਕਰੀ ਜਾ ਰਹੇ ਹੋ। ਸੋ ਹੁਣ ਬਹਿਸਬਾਜ਼ੀ ਦੀ ਨਹੀਂ ਮਿਲ ਕੇ ਕੇਂਦਰ ਦੀਆਂ ਨੀਤੀਆਂ ਵਿਰੁੱਧ ਡਟਣ ਦੀ ਲੋੜ ਹੈ।